पंजाब पुलिस ने चलाई मैं भी हरजीत सिंह मुहिम। बीते दिनी पटियाला दी सब्जी मंडी विच निहंगा वालों पुलिस दे असिस्टेंट सब इंस्पैक्टर हरजीत सिंह ते हमला करके उसका हाथ वड दिते जान तो बाद पीजीआई दे डॉक्टर वालों 8 घंटे तक किए गए सफल आपरेशन तो बाद उसका हाथ जोड़ दिता गया सी। अते हुण एएसआई हरजीत सिंह दा हाथ काफी हद तक ठीक भी हो गया है। बस ठीक है, आज ऑपरेशन को अपने 2 हफ्ते हो गए। हाँ जी 2 हफ्ते। ठीक है, सही चल रहा है आपका। अब ये थोड़ा उंगलियों को हिलाओ, यहाँ बताओ पीछे थोड़ा सा उंगलियों, वैसे नहीं छोड़ो, वैसे हिलाओ थोड़ा सा। हाँ वेरी गुड, अंगूठे को हिलाओ थोड़ा सा, इसमें थोड़ा जो बंदे करके हो जाए दिक्कत। छोड़ो चलो। इस दौरान अज पंजाब पुलिस दे मुखी तो लैके हर छोटे वड्डे अधिकारी ने अपनी छाती ते हरजीत सिंह दे नाम दी पट्टी लगा के हरजीत सिंह अते उसदे परिवार दी हौसला अफजाई कीती। SAS नगर दे थाना मटोर फेज 7 विखे SHO श्री राजीव कुमार दी अगवाई विच थाने दे समूह अधिकारियां अते कर्मचारियां ने हत्थां विच तख्तियां लैके मैं भी हरजीत सिंह अते पंजाब पुलिस जिंदाबाद दे नारे लगाए। ਇਸੇ ਤਰ੍ਹਾਂ ਥਾਣਾ ਫੇਜ਼ 1 ਦੇ SHO ਸਰਦਾਰ ਮਨਫੂਲ ਸਿੰਘ ਦੀ ਅਗਵਾਈ ਵਿੱਚ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੈਂ ਵੀ ਹਰਜੀਤ ਸਿੰਘ ਦੇ ਪੋਸਟਰ ਫੜ ਕੇ ASI ਹਰਜੀਤ ਸਿੰਘ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਦੌਰਾਨ ਟ੍ਰੈਫਿਕ ਜ਼ੋਨ 1 ਦੇ ਇੰਚਾਰਜ ਸਰਦਾਰ ਨਰਿੰਦਰ ਸਿੰਘ ਸੂਦ ਵੱਲੋਂ ਸਮੂਹ ਟ੍ਰੈਫਿਕ ਕਰਮਚਾਰੀਆਂ ਦੇ ਨਾਲ ਪੋਸਟਰ ਫੜ ਕੇ ਪੰਜਾਬ ਪੁਲਿਸ ਜ਼ਿੰਦਾਬਾਦ ਅਤੇ ਮੈਂ ਹਾਂ ਹਰਜੀਤ ਸਿੰਘ ਦੇ ਨਾਹਰੇ ਲਗਾਏ ਗਏ। ਇਸ ਦੌਰਾਨ ਖੇਤਰ ਦੇ ਹੋਰਨਾਂ ਥਾਣਿਆਂ ਵਿੱਚ ਵੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਹਰਜੀਤ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਇਸੇ ਦੌਰਾਨ ਖਰੜ ਪੁਲਿਸ ਵੀ ਹਰਜੀਤ ਸਿੰਘ ਦੇ ਸਮਰਥਨ ਵਿੱਚ ਨਜ਼ਰ ਆਈ। ਖਰੜ ਦੇ DSP ਸਰਦਾਰ ਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਰਜੀਤ ਸਿੰਘ ਦਾ ਸਮਰਥਨ ਕੀਤਾ। ਖਰੜ ਦੇ ਸਿਟੀ ਥਾਣਾ ਦੇ SHO ਸਰਦਾਰ ਭਗਵੰਤ ਸਿੰਘ ਦੀ ਅਗਵਾਈ ਵਿੱਚ ਥਾਣਾ ਖਰੜ ਦੇ ਕਰਮਚਾਰੀ ਹਰਜੀਤ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ। ਜਦੋਂ ਕਿ ਥਾਣਾ ਸਦਰ ਖਰੜ ਵਿਖੇ SHO ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਰਜੀਤ ਸਿੰਘ ਦੇ ਸਮਰਥਨ ਵਿੱਚ ਖੜੇ ਦਿਖੇ। ਇਸ ਦੌਰਾਨ ਸਾਂਝ ਕੇਂਦਰ ਖਰੜ ਦੇ ਇੰਚਾਰਜ ਸਰਦਾਰ ਨਿਧਾਨ ਸਿੰਘ ਦੀ ਅਗਵਾਈ ਵਿੱਚ ਅਤੇ ਪੁਲਿਸ ਥਾਣਾ ਘੜੂਆਂ ਵਿਖੇ SHO ਘੜੂਆਂ ਸ਼੍ਰੀ ਕੈਲਾਸ਼ ਬਹਾਦੁਰ ਦੀ ਅਗਵਾਈ ਵਿੱਚ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਰਜੀਤ ਸਿੰਘ ਦੇ ਸਮਰਥਨ ਵਿੱਚ ਇਕਜੁੱਟ ਨਜ਼ਰ ਆਏ। ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦ ਆਇਆ ਹੈ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਘੰਟੀ ਦਾ ਸਵਿੱਚ ਆਨ ਕਰੋ ਤਾਂ ਜੋ ਸਾਡੀਆਂ ਖਬਰਾਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ। ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ। ਸਕਾਈ ਹੈਕ ਟਾਈਮਜ਼ ਦੀ ਰਿਪੋਰਟ।